ਸੰਘਣੀ ਧੁੰਦ ਤੇ ਸਰਦੀ ਦੇ ਕਾਰਨ ਭਾਵੇਂ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ, ਪਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਤੜਕੇ ਤੋਂ ਹੀ ਸੰਗਤਾਂ ਦਾ ਤਾਂਤਾ ਲੱਗਿਆ ਨਜ਼ਰ ਆਇਆ। ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਨੇ ਗੁਰੂ ਘਰ ਵਿਖੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ। ਬਹੁਤ ਵਧੀਆ ਲੱਗ ਰਿਹਾ ਹੈ ਗੁਰੂ ਘਰ ਆ ਕੇ, ਬਹੁਤ ਹੀ ਕੋਈ ਸਰਦੀ ਨਹੀਂ ਲੱਗਦੀ ਪਈ ਗੁਰੂ ਘਰ ਆ ਕੇ। ਦੂਸਰਿਆਂ ਨੂੰ ਲੱਗਦੀ ਹੋਏਗੀ ਪਰ ਸਾਨੂੰ ਗੁਰੂ ਘਰ ਆ ਕੇ ਕੋਈ ਸਰਦੀ ਨਹੀਂ ਲੱਗਦੀ। ਅਤੇ ਆਈਆਂ ਹੋਈਆਂ ਸੰਗਤਾਂ ਦਾ ਕਹਿਣਾ ਸੀ ਕਿ ਅਸੀਂ ਬਹੁਤ ਵਡਭਾਗੀ ਹਾਂ ਕਿ ਸਾਨੂੰ ਗੁਰੂ ਘਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕਰਕੇ ਸਾਡੇ ਮਨ ਨੂੰ ਬੜੀ ਸ਼ਾਂਤੀ ਮਿਲੀ ਹੈ। ਅਸੀਂ ਮੈਰਿਜ 'ਚ ਆਏ ਸੀ, ਮੱਥਾ ਟੇਕਣ ਆਏ ਹਾਂ, ਸੁਪਨਾ ਸੀ ਸਾਡੀ ਔਰ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਈ। ਟਾਟ ਵਿੱਚ ਹੋਏ ਹਾਂ, ਹਰੇਕ ਤਰ੍ਹਾਂ ਦੀ ਮੈਨੇਜਮੈਂਟ ਬਹੁਤ ਅੱਛੀ ਹੈ, ਸਭ ਕੁਝ ਮੈਨੇਜ ਅੱਛਾ ਕੀਤਾ ਹੈ, ਹਰੇਕ ਤਰ੍ਹਾਂ ਦੀ ਅੱਛੀ ਵਿਵਸਥਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸੁਚੇਜੇ ਪ੍ਰਬੰਧ ਕੀਤੇ ਗਏ ਹਨ, ਪੈਰਾਂ ਨੂੰ ਠੰਡ ਨਾ ਲੱਗੇ ਇਸ ਲਈ ਟਾਟ ਵਿਛਾਏ ਗਏ ਹਨ ਅਤੇ ਹੋਰ ਵੀ ਚੰਗੇ ਇੰਤਜ਼ਾਮ ਕੀਤੇ ਗਏ ਹਨ, ਜਿਸ ਕਰਕੇ ਇੱਥੇ ਆਈਆਂ ਹੋਈਆਂ ਸੰਗਤਾਂ ਨੂੰ ਸਰਦੀ ਦਾ ਅਹਿਸਾਸ ਵੀ ਨਹੀਂ ਹੁੰਦਾ। ਮੈਂ ਇਸ ਤੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਇਆ ਵਾਂ, ਬਹੁਤ ਵਧੀਆ ਲੱਗਾ ਆ। ਅੱਜ ਇੰਨੀ ਜ਼ਿਆਦਾ ਠੰਡ ਹੈਗੀ ਆ ਕਿ ਰਸਤੇ ਵਿੱਚ ਕੁਛ ਵੀ ਨਹੀਂ ਦਿਖ ਰਿਹਾ, ਧੁੰਦ ਦੇ ਨਾਲ ਬਹੁਤ ਬੁਰਾ ਹਾਲ ਸੀ, ਪਰ ਅਸੀਂ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਵਾਸਤੇ ਸਪੈਸ਼ਲ ਇੱਥੇ ਆਏ ਹੋਏ ਹਾਂ, ਪਰ ਸਾਨੂੰ ਇਸ ਵਿੱਚ ਠੰਡ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਬਹੁਤ ਖੁਸ਼ੀ ਹੋਈ ਹੈ ਕਿ ਇੱਥੇ ਆ ਕੇ ਦਰਸ਼ਨ ਕੀਤੇ।